ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀ ਨਾ ਲੈ ਸਕੇ। ਇਹ ਇਕੱਲਾ ਹਿਮਾਚਲ 'ਚ ਨਹੀਂ, ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ, ਇਹ ਕਾਨੂੰਨ ਉੱਤਰਾਖੰਡ ਨੇ ਵੀ ਅਡੋਪਟ ਕਰ ਲਿਆ। ਪੰਜਾਬ ਇੱਕ ਸਪੈਸ਼ਲ ਸਟੇਟ ਆ, ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮਜੋਰਿਟੀ ਹੈ, ਅਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਹੈ, ਜੋ 70-75 ਲੱਖ ਆਦਮੀ ਬਾਹਰ ਜਾ ਚੁੱਕਾ। ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਸਪੀਡ ਇੱਥੇ ਰਹਿਣ ਦਿੱਤਾ ਤਾਂ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆ ਪੱਗ ਨਹੀਂ ਲੱਭਣੀ, ਪੰਜਾਬੀ ਨਹੀਂ ਲੱਭਣੀ, ਅਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ। ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ, ਆਪਣੀ ਹੋਂਦ, ਆਪਣੀ ਆਈਡੈਂਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ 'ਤੇ ਲਿਆਉਣਾ ਬਹੁਤ ਜ਼ਰੂਰੀ। ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਨਹੀਂ ਲਵੇਗਾ। ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚੱਕ ਰਿਹਾ। ਨਹੀਂ, ਆਪਾਂ ਇਨਸਾਨ ਨਹੀਂ ਗੇ? ਕਿੰਨੇ ਪੰਜਾਬੀ ਨੇ ਜਿਹੜੇ ਬਿਹਾਰ 'ਚ, ਯੂਪੀ 'ਚ, ਦਿੱਲੀ 'ਚ, ਹਰ ਜਗ੍ਹਾ ਰਹਿੰਦਾ ਸਾਡਾ ਪੰਜਾਬੀ, ਚਾਹੇ ਉਹ ਸਿੱਖ ਆ ਚਾਹੇ ਹਿੰਦੂ ਆ, ਸਾਡਾ ਸਾਰੀ ਦੁਨੀਆ ਦੇ ਵਿੱਚ ਹਰ ਜਗ੍ਹਾ, ਕਨੇਡਾ, ਅਮੈਰੀਕਾ, ਯੂਰਪ ਦੇ ਵਿੱਚ ਹਰ ਜਗ੍ਹਾ ਸਾਡਾ ਪੰਜਾਬੀ ਰਹਿੰਦਾ। ਜੇ ਆਪਾਂ ਨੂੰ ਕੋਈ ਇਹ ਗੱਲ ਕਹਿ ਦੇਵੇ ਉੱਥੇ ਜਾ ਕੇ ਵੀ ਅਸੀਂ ਤੁਹਾਨੂੰ ਯੂਪੀ 'ਚ ਰਹਿਣ ਨਹੀਂ ਦੇਣਾ, ਅਸੀਂ ਤੁਹਾਨੂੰ ਬਿਹਾਰ 'ਚ ਰਹਿਣ ਨਹੀਂ ਦੇਣਾ, ਅਸੀਂ ਤੁਹਾਨੂੰ ਦਿੱਲੀ 'ਚ ਰਹਿਣ ਨਹੀਂ ਦੇਣਾ, ਤਾਂ ਸਾਡੇ ਕਿੰਨੇ ਰੋਜ਼ ਸਾਡੇ ਟਰੱਕ, ਸਾਡੇ ਕਿੰਨੇ ਹੋਰ ਵਪਾਰੀ, ਵੱਡੇ ਵੱਡੇ ਲੁਧਿਆਣੇ ਤੋਂ ਵਪਾਰੀ ਰੋਜ਼ ਦਿੱਲੀ, ਬੰਗਲੌਰ, ਕਾਨਪੁਰ, ਯੂਪੀ, ਹਰ ਦੇਸ਼ ਦੇ ਕੋਨੇ ਕੋਨੇ 'ਤੇ ਜਾਂਦੇ ਆ। ਉਹ ਕਹਿਣ ਜੀ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਨਾ, ਜਾਂ ਜਿਹੜੇ ਪੰਜਾਬੀ ਰਹਿੰਦੇ ਆ ਉਹਨਾਂ ਨੂੰ ਦੇਸ਼ ਦੇ ਹਰ ਕੋਨੇ 'ਚ ਇਹ ਕਹਿ ਦੇਣ ਵੀ ਭਾਈ ਨਹੀਂ, ਤੁਸੀਂ ਤਾਂ ਪੱਗ ਬੰਨੀ ਆ ਸਿਰ 'ਤੇ, ਅਸੀਂ ਤੁਹਾਨੂੰ ਵੋਟ ਦਾ ਅਧਿਕਾਰ ਨਹੀਂ ਦੇਣਾ, ਇਹਨਾਂ ਦਾ ਵੋਟ ਦਾ ਅਧਿਕਾਰ ਕੱਟੋ। ਕਿੱਡੇ ਕਿੱਡੇ ਵੱਡੇ ਬਿਜ਼ਨਸ ਨੇ, ਅਤੇ ਉਹ ਇਹ ਕਹਿ ਦੇਣ ਵੀ ਤੁਸੀਂ ਤਾਂ ਉਰੇ ਆ ਕੇ ਸਾਰਾ ਹੀ ਕਾਰੋਬਾਰ ਤੁਸੀਂ ਸਾਂਭ ਲਏ, ਇਸ ਕਰਕੇ ਕੱਢੋ ਇਹਨਾਂ ਨੂੰ ਉਰੇ।